اور ہن جناب اظہار خیال کیتے میں دعوت رسا ملک اعجاز صاحب کو او آتے اپنا اظہار خیال کرے سن ملک اعجاز صاحب السلام علیکم میرے پیارے بھائی بزرگ تے نوجوان میں سارے دا شکریہ ادا کردا خان صاحب دا گوپانگ گرو ਸਰਦਾਰ ਆਸ਼ਿਕ ਖਾਨ ਗੋਪਾਲ ਸਾਹਿਬ ਦਾ ਕਿ ਉਹ ਇੱਥਾਂ ਗਿਰ ਆਏ ਤਸ਼ਰੀਫ ਗਿਆ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਜਨਾਬ ਹੱਕ ਨਵਾਜ਼ ਸਾਹਿਬ ਦਾ ਅਤੇ ਮੈਂ ਸਲਾਮ ਪੇਸ਼ ਕਰਨਾ ਤੁਹਾਡੇ ਖਲੋਂ ਬਰਾਦਰੀ ਦੇ ਪਹਿਲੇ ਆਦਮੀ ਜਨਾਬ ਸਲੀਮ ਸਾਹਿਬ ਜਿਹੜੇ ਸੁਰਖ ਮੰਗਾਨਾ ਫੈਸਲਾ ਕੀਤਾ ਜਿਨ੍ਹਾਂ ਨੇ ਮਹਿਸੂਸ ਕੀਤੇ ਜਿਨ੍ਹਾਂ ਨੇ ਮਹਿਸੂਸ ਕੀਤੇ ਕਿ ਮੌਜ਼ਾ ਜਲਾਰੀ ਦੀਆਂ ਮਹਿਰੂਮੀਆਂ ਜੋ 1960 ਤੋਂ ਚੱਲਦੀਆਂ ਨੇ ਜੇ 1960 ਕੋਲੋਂ ਇਤਾਂ ਗਿਰ ਸਿਰਫ ਥਾਣੇ ਦੀ ਸਿਆਸਤ ਕੋਲੋਂ ਇਲਾਵਾ ਕੁਝ ਨਹੀਂ ਮਿਲਿਆ ਸਾਡੀਆਂ ਸੜਕਾਂ ਦੇਖੋ ਫੁੱਲਾਂ ਕੋਲੋਂ ਘੰਟੇ ਜਲਾਰੀ ਤੱਕ ਜਲਾਰੀ ਨੂੰ ਘੰਟੇ ਨੂਰਵਾ ਤੱਕ ਮੇਰੇ ਖਿਆਲ ਹੈ 2 ਮਿੰਟ ਦਾ ਸਫ਼ਰ ਕਹਿੰਦੇ ਜਿਹੜਾ ਅਸਾਂ ਇੱਕ ਘੰਟੇ 'ਚ ਪੂਰਾ ਕਰਦੇ ਸੀ ਇੱਥਾਂ ਗਿਰ ਕੋਈ ਤਰੱਕੀਆਂ ਦੀ ਕੰਮ ਲੋਕਾਂ ਦੇ ਬੁਨਿਆਦੀ ਮਸਾਇਲ ਬੁਨਿਆਦੀ ਹਕੂਕ ਉਹਨਾਂ ਦੀ ਤਰਫ ਕੋਈ ਵੀ ਤਵੱਜੋ ਕਹਿ ਨਹੀਂ ਦੇਣਾ ਸਿਰਫ ਔਰ ਸਿਰਫ ਇਹਨਾਂ ਨੇ ਵੋਟ ਗਿਰਨਾ ਹੁੰਦੇ ਕਿਹੜੇ ਜ਼ੋਰ ਤੇ ਥਾਣੇ ਕਚਹਿਰੀ ਦੀ ਸਿਆਸਤ ਦੇ ਜ਼ੋਰ ਤੇ ਬਾਕੀ ਕੋਈ ਪਤਾ ਕਹਿ ਨਹੀਂ ਹੁਣ ਮਾਸ਼ਾਅੱਲਾ ਆਵਾਮ ਤਾਲੀਮ ਯਾਫਤਾ ਤੇ ਨਹੀਂ ਹੋਈ ਹੈ ਹਰ ਬੰਦਾ ਕਾਰੋਬਾਰੀ ਮਿਹਨਤੀ ਖੁਦ ਕਮਾ ਦੇ ਖਾਵਣ ਵਾਲਾ ਖੁਦਦਾਰ ਥੀ ਲੱਗਦਾ ਔਰ ਜਿਹੜੇ ਬੰਦਾ ਖੁਦਦਾਰ ਥੀ ਲੱਗਦਾ ਉਹ ਵੇਲੇ ਉਹ ਸੁੱਚੇ ਦੇ ਕਿ ਮੇਰੇ ਜਿਹੜੇ ਮਸਾਇਲ ਮੇਰੇ ਬੁਨਿਆਦੀ ਹੱਕ ਜਿਹੜੀ ਮੇਰੀ ਗਵਰਨਮੈਂਟ ਦੇ ਉੱਤੇ ਮੇਰੇ ਮੁਲਕ ਕਾਨੂੰਨ ਮੇਰੇ ਬੁਨਿਆਦੀ ਹੱਕ ਹੈ ਉਹ ਮੈਂ ਕਿਵੇਂ ਗਿਣਾ ਹੁਣ ਗੋਦਾ ਸਿਆਸਤ ਕਹਿਣਾ ਚੱਲ ਸੀ ਹੁਣ ਲੋਕ ਬਾਸ਼ਹੂਰ ਬਾਸ਼ਹੂਰ ਲੋਕ ਉਹਨਾਂ ਦੀ ਇਹ ਮਿਸਾਲ ਹੈ ਜਨਾਬ ਸਲੀਮ ਸਾਹਿਬ ਮਲਿਕ ਸਲੀਮ ਸਾਹਿਬ ਇਹਨਾਂ ਨੇ ਬਹੁ ਵੱਡਾ ਤੇ ਬਹੁ ਅੱਛਾ ਇਕਦਾਮ ਕੀਤਾ ਲੋਕਾਂ ਨੇ ਉਹ ਮਿਸਾਲ ਬਣ ਸਕੇ ਇਨਸ਼ਾਅੱਲਾ ਪੂਰੇ ਮੌਜ਼ਾ ਜਲਾਰੀ ਦੇ ਆਵਾਮ ਬਾਸ਼ਹੂਰ ਥੀ ਸੀ ਆਪਣਾ ਹੱਕ ਹਾਸਲ ਕਰਨ ਕਿਤੇ ਇਹਨਾਂ ਕੋ ਅਸਾਂ ਵੀ ਆਗਾਹੀ ਦੇਸੋਂ ਕਿ ਇਹ ਜਿਹੜੀ ਤੁਹਾਡਾ ਵੋਟ ਹੈ ਇਹਦੇ ਵਿੱਚ ਪੂਰੀ ਪਾਵਰ ਹੈ ਆਪਣੀ ਪਾਵਰ ਇਸਤੇਮਾਲ ਕਰਨੀ ਹੋਏ ਆਪਣਾ ਹੱਕ ਗਿਣੋ ਇਹ ਹੱਕ ਕਹਿਣੀ ਤੁਹਾਡਾ ਕਿ ਤੁਹਾਨੂੰ ਥਾਣੇ 'ਚ ਢਕਈ ਹੋ ਸੋ ਅਤੇ ਉਹਦਾ ਛੁੜਵਾਈ ਹੋ ਸੋ ਤੁਸਾਂ ਆਪਣਾ ਇੱਕ ਮਾਟਰ ਬਣਾ ਗਿਣੋ ਆਪਣਾ ਇੱਕ ਹੱਕ ਗਿਣੋ ਜਿਹੜਾ ਤੁਹਾਡਾ ਹੱਕ ਹੈ ਬੁਨਿਆਦੀ ਮਸਾਇਲ ਦਾ ਤੁਹਾਨੂੰ ਸੜਕਾਂ ਮਿਲਣ ਤੁਹਾਡੇ ਮੁਹੱਲੇ ਦੇ ਵਿੱਚ ਟਫ ਟਾਈਲਾਂ ਸੋਲੰਗ ਨਾਲੀਆਂ ਬੁਨਿਆਦੀ ਮਸਾਇਲ ਹਨ ਜਿਹੜੇ ਤੁਹਾਡੇ ਸਿਹਤ ਦੇ ਮਸਾਇਲ ਹਨ ਪੂਰੇ ਮੋਦੇ ਜਲਾਣ ਦੇ ਵਿੱਚ ਕੋਈ ਹੋਸਪਿਟਲ ਗਏ ਸਾਡੇ ਬਾਲ ਬਿਮਾਰੀ ਟੁੱਟਿਆ ਰੋਡਾਂ ਉਹਨੇ ਉਹ ਗਿਣਦੇ ਵੰਜਣ ਤੇ ਇੱਕ ਘੰਟੇ ਦੇ ਵਿੱਚ ਮੇਰੇ ਖਿਆਲ ਹੈ ਉਹ ਜਿਹੜੀ ਬਿਮਾਰੀ ਹੁੰਦੀ ਹੈ ਉਹ 50% ਔਰ ਵੱਧ ਜਾਂਦੀ ਹੈ ਤਾਂ ਅਸਾਂ ਜਨਾਬ ਗੋਪਾਲ ਗਰੁੱਪ ਸ਼ਮੂਲੀਅਤ ਇਖਤਿਆਰ ਕੀਤੀ ਹੈ ਇਹਨਾਂ ਕੋਲ ਤਵੱਕੋ ਰੱਖਣੇ ਸੇ ਕਿ ਸਾਗੋ ਥਾਣੇ ਕਚਹਿਰੀ ਦੀ ਸਿਆਸਤ ਨਹੀਂ ਚਾਹੀਦੀ ਸਾਗੋ ਸਾਡੇ ਬੁਨਿਆਦੀ ਹੱਕ ਬੁਨਿਆਦੀ ਮਸਾਇਲ ਚਾਹੀਦੇ ਸਾਡੇ ਬੁਨਿਆਦੀ ਮਸਾਇਲ ਹੱਲ ਕਰੇ ਸਨ ਜਨਾਬ ਸਰਦਾਰ ਆਸ਼ਿਕ ਖਾਨ ਗੋਪਾਲ ਸਾਹਿਬ ਬੁਨਿਆਦੀ ਮਸਾਇਲ ਹੱਲ ਸਨ ਤੁਹਾਡੇ ਸਿਹਤ ਦੇ ਤਵੱਜੋ ਦੇਸੋ ਤੁਹਾਡੀ ਤਾਲੀਮ ਦੇ ਤਵੱਜੋ ਦੇਸੋ ਸਾਰੇ ਦੇਖੋ ਨਾ ਅਰਸਾ ਦਰਾਜ ਤੋਂ ਸਾਰਾ ਮਿਡਲ ਸਕੂਲ ਚਲਾ ਰਹੀ ਹੈ ਇਹਦੇ ਮੁਕਾਬਲੇ ਦੇ ਜਿਹੜੇ ਸਕੂਲ ਹਨ ਉਹ ਹੁਣ ਤੱਕ ਹਾਇਰ ਸੈਕੰਡਰੀ ਕਾਲਜ ਬਣ ਚੁੱਕੇ ਹਨ ਬਹੁਤ ਵਧੀਆ ਆਬਾਦੀ ਥੀ ਚੁੱਕੀ ਹੈ ਸਾਡੇ ਜਲਾਰੀ ਦੀ ਲੇਕਿਨ ਸਾਡੀ ਤਾਲੀਮ ਸਾਡੇ ਸਰਦਾਰ ਮਕਾਮੀ ਸਰਦਾਰ ਸਾਡੇ ਜਿਹੜੇ ਗੋਦਨ ਉਹ ਕਦੇ ਨਹੀਂ ਚਾਹੁੰਦੇ ਕਿ ਅਸਾਂ ਤਾਲੀਮ ਪੜ੍ਹੇ ਲਿਖੇ ਲੋਕ ਦੀ ਮੰਨੂ ਕੇਵਲ ਅਸਾਂ ਆਪਣਾ ਹੱਕ ਮੰਗੋ ਤਾਂ ਮੈਂ ਸਲਾਮ ਪੇਸ਼ ਕਰਨਾ ਸਲੀਮ ਸਾਹਿਬ ਦੇ ਇਕਦਾਮ ਕੋ ਬੇਕ ਉਮੀਦ ਹੈ ਕਿ ਸਾਰੇ ਲੋਕ ਇਨਸ਼ਾਅੱਲਾ ਪੜ੍ਹੇ ਲਿਖੇ ਤੇ ਬਾਸ਼ਹੂਰ ਥੀ ਸਨ ਤੇ ਆਪਣੇ ਹੱਕ ਦੀ ਖਾਤਰ ਆਪਣੇ ਵੋਟ ਕੋ ਇਸਤੇਮਾਲ ਕਰੇ ਸਨ ਗੋਦੀ ਦੇ ਕਿਤੇ ਵੋਟ ਦਾ ਇਸਤੇਮਾਲ ਥੀ ਸੀ ਜਿਹੜੇ ਸਾਰੇ ਵੋਟ ਗਿਣਦੇ ਉਹਦੇ ਬਾਅਦ ਸਭ ਕੁਛ ਦੇ ਗਏ ਨਹੀਂ
میں بھی شکریہ ادا کرنا سارے برامے دا جڑے تشریف گئے نے مہربانی زندہ باد زندہ باد ماشاءاللہ بہت اچھے خیالات جناب ملک اجاز صاحب دے